अमृतसर च दिन पर दिन लुटेरियां दा खौफ वधदा ही जा रहा है अते पुलिस सुस्त अते लुटेरे चुस्त नजर आ रहे हैं। दाल मंडी च एक अजिहा मामला सामने आया है जिथे पिस्तौल दी नोक ते एक दुकान तो लुटेरियां द्वारा लुट दी घटना नूं अंजाम दिता गया। दुकान दे मालिक अमित दा कहना है कि ओह अपनी दुकान बंद करके जा रहे सन तदी दो नौजवान हथियारां दे नाल उन्हां दी दुकान ते आए अते उन्हां नूं धमका के पिस्तौल दी नोक ते गले विचों सारा कैश लैके फरार हो गए। उन्हां दा कहना है कि इस वारदात नूं उस वेले अंजाम दिता गया जद ओह अपने घर दा समान पैक कर रहे सन। यह पूरी वारदात उत्थे लगे सीसीटीवी कैमरे च कैद हो गई। दूजे पासे पुलिस ने इस मामले च सीसीटीवी कब्जे च लैके जांच शुरू कर दिती है। पुलिस अधिकारियां अनुसार छापेमारी भी की जा रही है। जल्द ही आरोपी पुलिस की गिरफ्त विच होंगे। अमित जी दुकान का की नाम? बसंता मल राजपाल। की होया सी सारा दसो, घटना किस तरह हुई? बस देखो जी, थोड़ा जहा एक तो समान समून भेजना होंगे ट्रांसपोर्ट से, तो कुछ माल आ जाता वह भी लवाना पैंता, वो चक्कर के फिर अभी थोड़ा जिना किसी लेट सवेर हो जाने, क्योंकि होलसेल भी है रिटेल भी है, तो जोड़ा माल कोई आ गया उन्होंने लवाना भी पैंता, तो जोड़ा फिर उस तो बाद कोई रह गया कोई ट्रांसपोर्ट वाला कोई वो भी भेजना ही है, भेज के ही जाना, तो वो चक्कर के थोड़ा असी हो गए, तो उस तो बाद फिर अपना जोड़ा है शटर शूटर बंद करके ही अपना घर का समान पैक करते पे सी कि भी जोड़ा है उन्होंने पा लीए उन लोगों का तो हो गया, हम घरों भी झड़क पैनी है, पाँच चार दिन हो गए लिखाए नू तो लै जाइए, तो समान पाने पे समान पा के तो वेले हुए हैं, तो वेले हुए हैं तो निकलन लगे हैं बहर, बस इन्नी चिर नूं एंट्री हो गई उन्हों की। किन्ने जने सी ते की हथियार से? दो जने सी जी, दो पिस्तौलां सी उन्हां कोल लोडेड। ਤਾਂ ਕੋਈ ਉਹਨਾਂ ਨੇ ਗੋਲੀ ਚਲਾਈ ਹੈ ਜਾਂ ਨਾ? ਗੋਲੀ ਨਹੀਂ ਚਲਾਈ, ਉਹਨਾਂ ਨੇ ਉਹਨੂੰ ਲੋਡ ਕਰਕੇ ਨਾਲ ਹੀ ਉਹਨਾਂ ਨੇ ਸਾਨੂੰ ਕਹਿਤਾ ਵੀ ਦੇਖੋ ਅਸੀਂ ਗੋਲੀ ਮਾਰ ਦੇਣੀ ਜੇ, ਅਤੇ ਸਾਨੂੰ ਤੁਸੀਂ ਪੈਸੇ ਲੈਣ ਦਿਓ, ਅਸੀਂ ਪੈਸੇ ਲੈ ਲੈਣੇ, ਪੈਸੇ ਦਿਓ ਸਾਨੂੰ ਜਿੰਨੇ ਵੀ ਤੁਹਾਡੇ ਕੋਲ ਲੱਗੇ। ਅਤੇ ਕਿੰਨੇ ਪੈਸੇ ਲੈ ਗਏ ਤੁਹਾਨੂੰ? ਦੇਖੋ ਜੀ, ਗੱਲ ਕੀ ਹੈ ਕਿ ਵੀ ਕਾਊਂਟਿੰਗ ਅਤੇ ਕੈਸ਼ ਸੇਲ ਦੇ ਵਿੱਚ ਹੋ ਹੀ ਨਹੀਂ ਸਕਦੀ, ਹੁੰਦੀ ਵੀ ਨਹੀਂ, ਐਸਟੀਮੇਟ ਹੈਗਾ ਵੀ 2 ਲੱਖ ਦੇ ਅੰਦਰ ਅੰਦਰ। 2 ਲੱਖ? ਪੁਲਿਸ ਵੱਲੋਂ ਕੀ ਹੁਣ ਜਾਂਚ ਕੀਤੀ? ਪੁਲਿਸ ਵੱਲੋਂ ਕੰਪਲੇਂਟ ਕਰ ਦਿੱਤੀ ਹੈ ਜੀ, ਹੁਣ ਜੋ ਵੀ ਉਹਨਾਂ ਦੀ ਕਾਰਵਾਈ ਹੋਏਗੀ ਉਹ ਫਿਰ ਦੱਸਣਗੇ। ਪੁਲਿਸ ਅਧਿਕਾਰੀ ਪਹੁੰਚ ਗਏ ਸੀ ਮੌਕੇ ਤੇ? ਹਾਂਜੀ ਹਾਂਜੀ, ਪੁਲਿਸ ਜਿਸ ਵੇਲੇ ਅਸੀਂ ਰਿਪੋਰਟ ਲਿਖਾਈ ਹੈ ਫਿਰ ਮਤਲਬ ਫਿਰ ਪਹੁੰਚ ਗਏ ਸੀ, ਉਸ ਤੋਂ ਬਾਅਦ ਫਿਰ ਟੀਮ ਸਾਰੀ ਆਈ ਉਹਨਾਂ ਦੀ, ਉਹਨਾਂ ਨੇ SP ਸਾਹਿਬ ਵੀ ਆਏ, ਆਪਣਾ ACP ਸਾਹਿਬ ਵੀ ਆਏ, ਸਾਰੇ SHO ਵੀ ਟੀਮ ਪੂਰੀ ਸੀ ਉਹਨਾਂ ਦੀ ਮਤਲਬ, ਅਤੇ ਆਏ ਸੀ ਅਤੇ ਅੱਜ ਸਵੇਰੇ ਵੀ ਹੋ ਕੇ ਗਏ ਨੇ, ਥੋੜ੍ਹੇ ਦੇਰ ਪਹਿਲਾਂ ਬੈਠੇ ਨੇ ਸਾਰੇ ਇੱਥੇ, ਉਹਨਾਂ ਨੇ ਸਾਰੀ ਮੂਵੀ ਸਭ ਚੈੱਕ ਕੀਤਾ, ਕਲਿੱਪ ਵਗੈਰਾ ਸਾਰੇ ਦੇਖੇ ਨੇ, ਦੇਖ ਕੇ ਤਾਂ ਉਹਨਾਂ ਨੇ ਫਿਰ ਆਪਣਾ ਜੋ ਵੀ ਇਨਵੈਸਟੀਗੇਸ਼ਨ ਹੁਣ ਕਰਨੀ ਹੁਣ ਕਰਨਗੇ, ਟਰੇਸਿੰਗ ਕਰਨਗੇ ਨਾ ਹੁਣ ਕਿ ਵੀ ਉਹ ਮੁੰਡੇ ਜਿਹੜੇ ਨੇ ਉਹ ਇੱਥੋਂ ਦੀ ਨਿਕਲ ਕੇ, ਕਿਉਂਕਿ ਕੈਮਰੇ ਤਾਂ ਅੱਜ ਕੱਲ੍ਹ ਹਰ ਜਗ੍ਹਾ 'ਤੇ ਤਕਰੀਬਨ ਫਿਰ ਵੀ ਟਰੇਸਿੰਗ ਜੋਗੇ ਲੱਗੇ ਹੀ ਹੋਏ ਨੇ, ਉਹਨਾਂ ਨੇ ਫਿਰ ਹੁਣ ਲੱਗੇ ਨੇ ਆਪਣੀ ਮੋਟਰਸਾਈਕਲ ਜਿਹੜੀ ਇਹ ਦਾਲ ਮੰਡੀ 'ਚ ਵਾਰਦਾਤ ਹੋਈ ਹੈ ਪਰਸੋਂ ਤਕਰੀਬਨ 8 ਵਜੇ ਦੇ ਕਰੀਬ, ਜਿਹੜੇ ਹੈਗੇ 2 ਵਿਅਕਤੀ ਜਿਹੜੇ ਸਕੂਟਰ 'ਤੇ ਆਏ, ਵਹੀਕਲ 'ਤੇ ਆਏ, ਉਹ ਜਿਹੜਾ 2.5 ਲੱਖ ਦੇ ਕਰੀਬ ਜਿਹੜਾ ਰੁਪਈਆ ਲੁੱਟ ਕੇ ਲੈ ਗਏ। ਇਸ ਸੰਬੰਧ ਦੇ ਵਿੱਚ ਸਾਡੀਆਂ ਜਿਹੜੀਆਂ ਹੈਗੀਆਂ ਟੀਮਾਂ ਹੈਗੀਆਂ ਇਨਵੈਸਟੀਗੇਸ਼ਨ ਕਰ ਰਹੀਆਂ, ਅਸੀਂ ਜਲਦੀ ਜਿਹੜੇ ਹੈਗੇ ਵਿਅਕਤੀ ਇਹ ਟਰੇਸ ਕਰ ਲਵਾਂਗੇ। ਕੋਈ ਸਰ CCTV ਵਗੈਰਾ ਆਈ ਤੁਹਾਨੂੰ? ਸਾਡੇ ਕਾਫੀ ਇਨਪੁੱਟ ਆਈ ਹੈਗੀ ਹੈ ਸਾਡੇ ਕੋਲ, ਸਾਡੇ ਜਿਹੜੇ ਇਨਵੈਸਟੀਗੇਸ਼ਨ ਵੇਖ ਗਿਆ ਉਹ ਸਾਡੇ ਇਹਦੇ ਵਿੱਚ ਤਫਤੀਸ਼ ਕਰ ਰਿਹਾ, ਜਲਦੀ ਅਸੀਂ ਇਹਨੂੰ ਟਰੇਸ ਕਰ ਲਵਾਂਗੇ। ਬਲੰਟ ਟੀਵੀ ਲਈ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੇ ਨਾਲ ਕ੍ਰਿਸ਼ਨ ਕੁਮਾਰ ਦੀ ਰਿਪੋਰਟ।